ਜ਼ਿਲ੍ਹਾ ਪਲੈਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਈਆਂ ਵਾਲਾ ਦੇ ਵੱਲੋਂ ਨਾਭਾ ਦੇ ਵਿੱਚ ਨਵੇਂ ਬਣਨ ਜਾ ਰਹੇ ਵਿਸ਼ਵਕਰਮਾ ਮੰਦਿਰ ਅਤੇ ਬਿਰਧ ਆਸ਼ਰਮ ਦੀ ਕਮੇਟੀ ਨੂੰ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ 10 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਤੇ ਚੇਅਰਮੈਨ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਦੇ ਵਿੱਚ ਨਵੀਆਂ 30 ਲਾਇਬ੍ਰੇਰੀਆਂ ਬਣਨ ਜਾ ਰਹੀਆਂ ਨੇ, ਜਿਸ ਦੀ ਕੀਮਤ ਕਰੀਬ 10 ਕਰੋੜ ਹੈ ਅਤੇ ਨਾਭੇ ਹਲਕੇ ਦੇ ਵਿੱਚ ਵੀ 6 ਲਾਇਬ੍ਰੇਰੀਆਂ ਦਾ ਨਿਰਮਾਣ ਸ਼ੁਰੂ ਹੋ ਚੁੱਕਿਆ। ਉਹਨਾਂ ਕਿਹਾ ਕਿ ਜ਼ਿਲ੍ਹੇ ਦੇ ਹਰ ਹਲਕੇ ਦੀ ਡਿਵੈਲਪਮੈਂਟ ਦੇ ਲਈ 25 ਕਰੋੜ ਰੁਪਏ ਦੀ ਪ੍ਰਪੋਜ਼ਲ ਵੀ ਭੇਜੀ ਜਾਵੇਗੀ। ਸੋ ਇਸੇ ਦੌਰਾਨ ਉਹਨਾਂ ਹੋਰ ਕੀ ਕੁਛ ਕਿਹਾ, ਸੋ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਦੇਖੋ ਜੀ, ਨਾਭਾ ਵਿਸ਼ਵਕਰਮਾ ਸੇਵਾ ਜਿਹੜੀ ਵੈਲਫੇਅਰ ਸੋਸਾਇਟੀ ਆ, ਉਹਨਾਂ ਦੇ ਵੱਲੋਂ ਇੱਥੇ ਬਹੁਤ ਵੱਡੇ ਜਿਹੜਾ ਵਿਸ਼ਵਕਰਮਾ ਭਵਨ ਦਾ ਨਿਰਮਾਣ ਕੀਤਾ ਜਾ ਰਿਹਾ, ਅਤੇ ਸਾਡਾ ਹੀ ਫਰਜ਼ ਸੀ ਕਿ ਅਸੀਂ ਆਪਣਾ ਯੋਗਦਾਨ ਸਰਕਾਰ ਵੱਲੋਂ ਪਾਈਏ, ਅਤੇ 10 ਲੱਖ ਰੁਪਏ ਦਾ ਮੈਂ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ ਜਿਹੜਾ ਇਹਨਾਂ ਨੂੰ ਦੇਣ ਦਾ ਐਲਾਨ ਕੀਤਾ ਸੀਗਾ, ਅਤੇ ਉਹ ਅੱਜ ਇਹਨਾਂ ਦਾ ਵਾਅਦਾ ਪੂਰਾ ਕਰਿਆ, ਅਤੇ ਅੱਜ ਜਿਹੜਾ ਉਹਨਾਂ ਸੈਕਸ਼ਨ ਲੈਟਰ ਵੀ ਇਹਨਾਂ ਨੂੰ ਦਿੱਤਾ ਅਤੇ ਪੇਮੈਂਟ ਵੀ ਹੋ ਗਈ ਉਹਦੀ, ਅਤੇ ਅੱਗੇ ਤੋਂ ਵੀ ਜਦੋਂ ਸਾਡੀ ਸੇਵਾ ਲਾਉਣਗੇ, ਜਿੱਥੇ ਵੀ ਲਾਉਣਗੇ ਅਸੀਂ ਇਹਨਾਂ ਦੇ ਨਾਲ ਆ, ਕਿਉਂਕਿ ਇਹੋ ਜਿਹੜੇ ਸਮਾਜ ਸੇਵੀ ਕੰਮ ਆ ਮੂਹਰੇ ਹੋ ਕੇ ਕਰਦੇ ਨੇ ਜਿੰਨੇ ਵੀ ਸਾਡੇ ਨਾਭਾ ਦੇ ਵਿੱਚ, ਕਿਉਂਕਿ ਨਾਭਾ ਕੰਬਾਈਨਾਂ ਦੀ ਹਾਬਾ ਜੀ, ਅਤੇ ਇਸ ਕਰਕੇ ਜਿੰਨੇ ਵੀ ਸਾਡਾ ਭਾਈਚਾਰਾ ਉਹ ਮੂਹਰੇ ਹੋ ਕੇ ਸਮਾਜ ਸੇਵਾ ਦੇ ਵਿੱਚ, ਨਾਭੇ ਜਿੱਥੇ ਵੀ ਕਿਤੇ ਲੋੜ ਹੁੰਦੀ ਆ ਜਾਂ ਕਿਤੇ ਆਫਤ ਹੁੰਦੀ ਆ, ਕੁਦਰਤੀ ਆਫਤ ਆ ਜਾਂਦੀ, ਤਾਂ ਉੱਥੇ ਸਾਡੇ ਨਾਭੇ ਦੇ ਸਭ ਤੋਂ ਵੱਧ ਯੋਗਦਾਨ ਹੁੰਦਾ, ਅਤੇ ਮੈਂ ਸਮੁੱਚੇ ਭਾਈਚਾਰੇ ਨੂੰ ਅੱਜ ਦੇ ਦਿਨ ਦੀ ਮੁਬਾਰਕਬਾਦ ਵੀ ਦਿੰਦਾ, ਅਤੇ ਵਿਸ਼ਵਾਸ ਵੀ ਦਵਾਉਂਦਾ ਕਿ ਅੱਗੇ ਤੋਂ ਜਦੋਂ ਕਿਤੇ ਲੋੜ ਹੋਊਗੀ ਤਾਂ ਅਸੀਂ ਮੂਹਰੇ ਹੋ ਕੇ ਹੋਰ ਵੀ ਜਿਹੜਾ ਕਿਤੇ ਲੋੜ ਹੋਈ ਤਾਂ ਸਹਾਇਤਾ ਕਰਾਂਗੇ। ਜ਼ਿਲ੍ਹੇ ਵਿੱਚ ਡਿਵੈਲਪਮੈਂਟ ਲਈ ਕਿੰਨੇ ਕੁ ਜਿਹੜੇ ਹੈਗੇ ਆ ਚੈੱਕ ਦੇ ਚੁੱਕੇ ਜਾਂ ਕਿੰਨੀ ਰਾਸ਼ੀ ਦੇ ਚੁੱਕੇ? ਦੇਖੋ, ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾਏ ਜਾ ਰਹੇ ਨੇ, ਜਿੱਥੇ ਇੱਥੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸੋਚ ਆ ਕਿ ਪਿੰਡਾਂ ਦੇ ਵਿੱਚ ਨਵੇਂ ਖਿਡਾਰੀ ਪੈਦਾ ਕੀਤੇ ਨੇ, ਕਿ ਉਹ ਖਿਡਾਰੀ ਤਾਂ ਪੈਦਾ ਹੋਣਗੇ ਜੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣੇ ਹੋਣਗੇ, ਅਤੇ ਅਸੀਂ ਕਾਫੀ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾ ਰਹੇ ਹਾਂ, ਅਤੇ ਇਸ ਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਦੇ ਵਿੱਚ 30 ਲਾਇਬ੍ਰੇਰੀਆਂ ਬਣ ਰਹੀਆਂ ਨੇ, ਅਤੇ ਜਿਹਦੇ ਵਿੱਚ ਨਾਭਾ ਹਲਕੇ ਦੇ ਵਿੱਚ ਵੀ 6 ਲਾਇਬ੍ਰੇਰੀਆਂ ਜਿਹੜੀਆਂ ਮਨਜ਼ੂਰ ਹੋਈਆਂ, ਅਤੇ ਉਹਨਾਂ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ, ਅਤੇ ਤਕਰੀਬਨ 9 ਕਰੋੜ ਤੋਂ ਉੱਪਰ ਦਾ ਬਜਟ ਆ ਜਿਹੜਾ 30 ਲਾਇਬ੍ਰੇਰੀਆਂ ਦਾ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜਾ ਕੰਮਕਾਰ ਕਰ ਰਹੇ ਹਾਂ, ਅਤੇ ਹਰ ਹਲਕੇ ਨੂੰ ਅਸੀਂ 25 ਕਰੋੜ ਰੁਪਏ ਦੀ ਜਿਹੜੀ ਪ੍ਰਪੋਜ਼ਲਾਂ ਬਣਾ ਕੇ ਭੇਜੀਆਂ ਨੇ, ਨਾਭਾ ਵਿੱਚ ਨਾਭਾ ਹਲਕਾ ਅਤੇ ਵਿੱਚ ਪਟਿਆਲਾ ਜ਼ਿਲ੍ਹਾ, ਇੱਕ ਹਲਕੇ ਨੂੰ 25 ਕਰੋੜ ਰੁਪਈਆ ਜਿਹੜਾ ਆਉਣ ਵਾਲੇ ਸਮੇਂ ਦੀ ਜਿਹੜੀ ਪ੍ਰਪੋਜ਼ਲਾਂ ਬਣਾ ਕੇ ਭੇਜੀਆਂ ਕਿ ਪਿੰਡਾਂ ਦੇ ਵਿੱਚ ਕਿਹੜੇ ਕੰਮ ਹੋਣਾ ਨੇ ਅਤੇ ਕਿਹੜੇ ਨਹੀਂ ਹੋਏ, ਉਹ ਅਸੀਂ ਕਰਾਂਗੇ ਅਤੇ ਪੂਰਾ ਵਿਕਾਸ ਕਰਾਂਗੇ, ਕਿਉਂਕਿ ਸਾਡਾ ਫਰਜ਼ ਬਣਦਾ। ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਲੋਕਾਂ ਨਾਲ, ਇੱਕ ਇੱਕ ਕਰਕੇ ਸਾਰੇ ਪੂਰੇ ਕਰਨ ਜਾ ਰਹੇ ਹਾਂ। ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ, ਤਿਆਰੀਆਂ ਨੇ ਜੀ, ਸਿਰਫ ਤੁਸੀਂ ਆਪ ਹੀ ਆਪਣੇ ਦਮ ਤੇ ਲੜ ਰਹੇ? ਨਹੀਂ, ਦੇਖੋ, ਪੂਰੀ ਤਿਆਰੀ ਹੈ ਜੀ ਆਮ ਆਦਮੀ ਪਾਰਟੀ, ਕਿਉਂਕਿ ਆਮ ਆਦਮੀ ਪਾਰਟੀ ਤਿਆਰੀ ਇਹ ਆ ਵੀ ਅਸੀਂ ਕੰਮ ਕਰ ਰਹੇ ਹਾਂ, ਜਦੋਂ ਤੋਂ ਸਰਕਾਰ ਬਣੀ ਆ ਕੰਮ ਕਰ ਰਿਹਾ, ਅਤੇ ਲੋਕ ਸਾਡੇ ਨਾਲ ਜੁੜ ਰਹੇ ਨੇ, ਜੋ ਜੋ ਵਾਅਦੇ ਕੀਤੇ ਸੀਗੇ ਸਰਕਾਰ ਨੇ ਇੱਕ ਇੱਕ ਕਰਕੇ ਪੂਰੇ ਕਰਨ ਜਾ ਰਹੇ ਹਾਂ, ਅਤੇ ਜਿਹੜੇ ਵਾਅਦੇ ਨਹੀਂ ਵੀ ਕੀਤੇ ਸੀਗੇ ਉਹ ਵੀ ਅਸੀਂ ਪੂਰੇ ਕਰਨ ਜਾ ਰਹੇ ਹਾਂ, ਕਿਉਂਕਿ ਸਰਕਾਰ ਦਾ ਫਰਜ਼ ਦਾ, ਜੇਕਰ ਤੁਹਾਡੀ ਵਧੀਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਦਾ ਸੁੱਖ ਮੰਨਣਗੀਆਂ, ਅਤੇ ਅੱਜ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਅੱਜ ਤੱਕ ਕਿਸੇ ਵੀ ਸਰਕਾਰ ਨੇ ਇੰਨੇ ਕੰਮ ਨਹੀਂ ਕਰੇ ਜਿੰਨੇ 2.5 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਨੇ ਕੀਤੇ ਨੇ। ਸਭ ਤੋਂ ਪਹਿਲਾਂ ਮੇਰੇ ਵੱਲੋਂ ਪ੍ਰਧਾਨ ਹੋਣ ਦੇ ਨਾਤੇ ਉਰੇ ਆਈ ਸਾਰੀ ਸੰਗਤ ਦਾ ਅਤੇ ਜਸੀਰ ਸੋਹਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸਤਿ ਸ਼੍ਰੀ ਅਕਾਲ ਕਰਦੇ ਹਾਂ। ਅਸੀਂ ਤਕਰੀਬਨ 2 ਮਹੀਨੇ ਪਹਿਲਾਂ ਇੱਥੇ ਵਿਸ਼ਵਕਰਮਾ ਭਵਨ ਦਾ ਨੀਂਹ ਪੱਥਰ ਰੱਖਿਆ ਸੀ। ਉਸ ਸਮੇਂ ਜੱਸੀ ਸੋਹੀਆਂ ਨੇ 10 ਲੱਖ ਦਾ ਸਾਨੂੰ ਵਾਅਦਾ ਕੀਤਾ ਸੀ, ਅੱਜ ਉਹ ਇਹਨਾਂ ਨੇ ਇਹ ਵਾਅਦਾ ਪੂਰਾ ਕੀਤਾ। ਅਸੀਂ ਆਪਣੇ ਵੱਲੋਂ, ਆਪਣੀ ਸਾਰੀ ਕਮੇਟੀ ਵੱਲੋਂ, ਪੰਜਾਬ ਸਰਕਾਰ ਦਾ, ਜੱਸੀ ਸੋਹੀਆਂ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਇਹ ਘੱਟੋ ਘੱਟ 4 ਕਰੋੜ ਦਾ ਪ੍ਰੋਜੈਕਟ ਹੈ। ਅਸੀਂ ਅੱਗੇ ਵੀ ਸਰਕਾਰ ਤੋਂ ਬਹੁਤ ਉਮੀਦ ਰੱਖਦੇ ਹਾਂ, ਜੱਸੀ ਤੋਂ ਰੱਖਦੇ ਹਾਂ, ਇਹਨਾਂ ਦੀ ਸਾਰੀ ਪਾਰਟੀ ਤੋਂ ਉਮੀਦ ਰੱਖਦੇ ਹਾਂ। ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਸਾਰੇ ਭਾਈਚਾਰੇ ਨੂੰ ਚੜ੍ਹਦੀ ਕਲਾ 'ਚ ਰੱਖੇ, ਅਤੇ ਇਹ ਕੰਮ ਦਿਨ ਦੁਣੀ ਰਾਤ ਚੌਗਣੀ ਵੱਧਦਾ ਜਾਵੇ। ਭਗਵਾਨ ਸ਼੍ਰੀ ਵਿਸ਼ਵਕਰਮਾ ਦਾ ਜੋ ਅਸੀਂ ਇੱਥੇ ਬਣਾ ਰਹੇ ਹਾਂ,
ਕਮਿਊਨਿਟੀ ਹਾਲ, ਉਹਦੇ ਵਿੱਚ ਜੱਸੀ ਸੋਹੀਆਂ ਵੱਲੋਂ 10 ਲੱਖ ਰੁਪਏ ਦਾ ਜੋ ਚੈੱਕ ਦਿੱਤਾ ਗਿਆ, ਮੈਂ ਆਪਣੇ ਵੱਲੋਂ ਆਪਣੀ ਕੰਬਾਈਨ ਐਸੋਸੀਏਸ਼ਨ ਵੱਲੋਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਸ ਵਿੱਚ ਕੀ ਬਣ ਕੇ ਤਿਆਰ ਹੋਣਾ ਜਿਹੜਾ ਕਮਿਊਨਿਟੀ ਸੈਂਟਰ? ਇਹਦੇ 'ਚ ਬੇਸਮੈਂਟ ਬਣੂਗਾ ਜੀ ਇੱਕ ਹਾਲ, ਫਿਰ ਉੱਪਰ ਹੋਰ ਬਣੂਗਾ, ਉਹ ਤੋਂ ਉੱਪਰ ਇਹਦੇ ਕਮਰੇ ਬਣਨਗੇ ਬਿਰਧ ਆਸ਼ਰਮ ਦੇ। ਪਹਿਲਾਂ ਬਣਿਆ ਹੋਇਆ ਆਪਣੇ ਕੈਂਟ ਰੋਡ 'ਤੇ ਹੀ ਬਣਿਆ ਹੋਇਆ ਹੈ, ਅਤੇ ਇਹ ਅਸੀਂ ਇੱਥੇ ਵਿਸ਼ਵਕਰਮਾ ਭਵਨ ਦੇ ਵਿੱਚ ਵੀ ਬਣਾ ਰਹੇ ਹਾਂ।